ਜੋ ਵੀ ਤੁਸੀਂ ਝੂਠ ਸੱਚ ਦੁੱਖ ਤਕਲੀਫ ਪੈਦਾ ਕਰਦੇ ਹੋ ਉਹ ਤੁਹਾਡੀ ਆਪਣੀ ਬਣਤ ਹੈ, ਰੱਬ ਦੀ ਨਹੀਂ। 13 ਅਪ੍ਰੈਲ 'ਤੇ ਵੀ ਕਿਹਾ ਸੀ, ਪਿਛਲੇ ਸਤਸੰਗਾਂ 'ਚ ਵੀ ਅਰਜ਼ ਕੀਤੀ ਹੈ। ਇੱਕ ਦਿਨ ਤਾਂ ਸਿੱਖ ਆਪਣੇ ਸੇਵਕ ਨੂੰ ਕੁਛ ਕਿਹਾ ਸੀ ਜਾ ਕੇ ਕਿ ਹੁਣ ਤਾਂ ਸਤਸੰਗ ਕਰਨ ਨੂੰ ਵੀ ਸਾਡਾ ਮਨ ਨਹੀਂ ਮੰਨਦਾ, ਇੰਨਾ ਕੁ ਸਤਸੰਗ ਕਰ ਛੱਡੇ ਅਸਾਂ, ਹੁਣ ਤੁਸੀਂ ਟੇਪਾਂ ਕੈਸਦੇ ਸੁਣੀ ਜਾਓ, ਤੁਹਾਡੇ ਵਾਸਤੇ ਉਹੀ ਹੈ, ਸਾਡੇ ਸੁਣੋ ਜਾਂ ਨਾ ਸੁਣੋ, ਸਾਡੇ ਕੋਲ ਆਓ ਵੀ ਨਾ ਤਾਂ ਵੀ ਕੋਈ ਗੱਲ ਨਹੀਂ, ਮਤ ਆਓ। ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਦਿਖੜੀਆਂ ਨੇ ਆਪਣੀ ਕੈਸਟਾਂ ਟੇਪਾਂ ਵਿੱਚ ਕਿ ਤੁਸੀਂ ਉਹ ਸੁਣ ਸੁਣ ਕੇ ਆਪਣਾ ਜੀਵਨ ਦੇ ਵਿੱਚ ਸੁੱਖ ਪਾਉਣਾ ਚਾਹੋ ਤੁਸੀਂ ਪਾ ਸਕਦੇ ਹੋ। ਮਤ ਮੇਰੇ ਕੋਲ ਆਓ, ਮਤ ਮੇਰੇ ਪਾਸ ਬੈਠੋ, ਤੁਸੀਂ ਸੋਚੋ ਕਿ ਤੁਸੀਂ ਕੀ ਕਰਨਾ ਹੈ ਕੀ ਨਹੀਂ। ਸੋ ਇਸ ਲਈ ਮਹਾਰਾਜ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਸਾਨੂੰ ਜਿਹੜੀ ਲੋੜੀਂਦੀ ਚੀਜ਼ ਹੈ ਉਹ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਕਹਿੰਦੇ ਹੁੰਦੇ ਨਾ ਕਿ ਦਾਨ ਉਹ ਜਿਹੜਾ ਦੋ ਰੋਟੀਆਂ ਦੇ ਵਿੱਚੋਂ ਇੱਕ ਰੋਟੀ ਖਾ ਕੇ ਦੂਜੇ ਨੂੰ ਇੱਕ ਦੇਵੇ, ਇਹ ਨਹੀਂ ਕਿ ਦੋ ਆਪਣੀਆਂ ਖਾ ਲਈਆਂ, ਦੋ ਇੱਕ ਬੱਚੀ ਹੈ ਉਹ ਜਾਨਵਰ ਨੂੰ ਪਾਣੀਆਂ ਸਨ ਉਹ ਤੁਸੀਂ ਕਿਹਨੂੰ ਦੇ ਦਿੱਤੀਆਂ, ਉਹ ਦਾਨ ਕਰੋ ਜਿਹੜਾ ਤੁਹਾਡੇ ਕੋਲ ਦੋ ਹੈ, ਇੱਕ ਆਪ ਖਾਓ ਭੁੱਖੇ ਰੱਖ ਕੇ, ਇੱਕ ਉਹਨਾਂ ਨੂੰ ਦਿਓ। ਮੈਨੂੰ ਛੋਟੀ ਜਿਹੀ ਗੱਲ ਹੈ, ਪਰਸੋਂ ਅਸੀਂ ਸਾਊਥ ਹਾਲ 'ਚ ਸਾਂ ਅਤੇ ਉਹ ਸਾਨੂੰ ਬੀਬੀ ਕਹਿੰਦੀ ਹੈ ਕਿ ਮੈਨੂੰ 8 ਦਿਨ ਹੋਏ ਤੁਹਾਡੇ ਕੋਲ ਰਹਿੰਦੇ ਹਾਂ, ਮੈਂ 8 ਦਿਨ 'ਚ ਤੁਹਾਨੂੰ ਪ੍ਰੋਪਰ ਰੋਟੀ ਖਾਂਦਿਆਂ ਨਹੀਂ ਵੇਖਿਆ, ਕਿ ਤੁਸੀਂ ਘਰ ਰੋਟੀ ਖਾਂਦੇ ਨਹੀਂ ਆ, ਬਾਹਰ ਮੈਂ ਤੁਹਾਨੂੰ ਨਹੀਂ ਵੇਖਦੀ, ਤੁਸੀਂ ਮਾਰੇ ਕਿੱਸਾ ਕੀ ਗੱਲ ਕੀ ਤੁਸੀਂ ਕਿ ਮੈਂ ਉਹਨਾਂ ਕੋਲ ਰੋਟੀ ਖਾ ਰਿਹਾ ਸੀ। ਮੈਂ ਉਹਨੂੰ ਇੱਕੋ ਲਵਜ਼ ਆ ਕੇ ਕੋਇਆ ਨਹੀਂ, ਮੈਂ ਚੁੱਪ ਕਰਕੇ ਮੈਂ ਕਿਹਾ ਠੀਕ ਹੈ, ਮੈਂ ਕਿਹਾ ਬੀਬਾ ਇਸ ਤਰ੍ਹਾਂ ਹੀ ਆ, ਕੰਮ ਜੀ ਲੱਗੇ ਹੋਏ, ਡਿਊਟੀ ਲੱਗੀ, ਪਰ ਅੰਦਰੋਂ ਇਹ ਮਹਿਸੂਸ ਕੀਤਾ ਕਿ ਜਿਹੜਾ ਜਿੰਨਾ ਅਨਾਜ ਅਸੀਂ ਕੱਟ ਖਾਂਦੇ ਹਾਂ ਉਨਾ ਅਨਾਜ ਸਾਡੇ ਲੋਕਾਂ ਨੂੰ ਜਾ ਕੇ ਮਿਲਣਾ ਹੈ। ਅਸੀਂ ਆਪਣੇ ਲੋਕਾਂ ਵਾਸਤੇ ਇਹ ਚੀਜ਼ ਰੱਖਦੇ ਹਾਂ, ਆਪਣੇ ਵਾਸਤੇ ਨਹੀਂ। ਕਈ ਲੋਕ ਸਾਨੂੰ ਇਹ ਵੀ ਕਹੀਆਂ, ਮਹਾਰਾਜ ਤੁਸੀਂ ਬਹੁਤ ਕਮਜ਼ੋਰ ਲੱਗਣ ਲੱਗ ਪਏ, ਤੁਸੀਂ ਆਹ ਹੋ ਗਿਆ, ਤੁਸੀਂ ਕੁਝ ਖਾਓ, ਤੁਸੀਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ, ਅਤੇ ਮੈਂ ਹੱਥ ਛੱਡਣਾ। ਮੈਂ ਕਹਿੰਦਾ ਕਿ ਤੁਸੀਂ, ਮੈਂ ਨਹੀਂ ਕੁਛ ਖਾਂਦਾ, ਤੁਸੀਂ ਮੇਰੇ ਨਾਲ ਤੁਰ ਲਓ, ਮੇਰੇ ਨਾਲ ਤੁਸੀਂ